ਸੋ ਹਾਂਜੀ ਗਾਈਜ਼, ਵੈਲਕਮ ਬੈਕ ਟੂ ਮਾਈ ਚੈਨਲ ਹਰਪ੍ਰੀਤ ਵਲੌਗਸ। ਐਂਡ ਅੱਜ ਅਸੀਂ ਹੈਗੇ ਹਾਂ ਲਵਜੀਤ ਹੁੰਦਲ, ਮੇਰੇ ਜਿਹੜੇ ਯਾਰ ਬੇਲੀ ਸੀਗੇ ਇੰਡੀਆ ਤੋਂ, ਪੰਜਾਬ ਤੋਂ ਅਸੀਂ ਇਕੱਠੇ ਪੜ੍ਹੇ ਹੋਏ ਹਾਂ। ਲਵਜੀਤ ਸਿੰਘ ਹੈ ਜੀ। ਲਵਜੀਤ ਸਿੰਘ, ਕਿਹਦੇ ਹਾਲ ਚਾਲ? ਬਹੁਤ ਵਧੀਆ, ਤੁਸੀਂ ਦੱਸੋ ਜੀ ਕਿਵੇਂ? ਬਹੁਤ ਵਧੀਆ, ਬੜੇ ਟਾਈਮ ਬਾਅਦ ਮਿਲੇ ਆਈ ਅਸੀਂ। ਸਹੀ ਗੱਲ ਹੈ। ਤੇ ਅੱਜ ਅਸੀਂ ਇੰਜੋਏ ਕਰਨ ਚੱਲੇ ਹਾਂ। ਪਿੱਛੇ ਹੈਗੇ ਨੇ, ਇਹ ਹੈਗਾ ਸਾਡਾ ਪ੍ਰਭਜੋਤ ਸਿੰਘ ਪੀ, ਤੇ ਅਸੀਂ ਕਾਲਜ ਚ ਇਕੱਠੇ ਪੜ੍ਹੇ ਹਾਂ ਬੀਐਸਸੀ ਦੇ ਵਿੱਚ। ਐਮਐਸਸੀ ਵੀ ਅਸੀਂ ਨਾਲ, ਐਮਐਸਸੀ ਵੀ ਨਾਲ ਹੀ ਆ। ਅਸੀਂ ਐਮਐਸਸੀ ਵਾਲੇ ਵੀ ਆ। ਹਾਂ, ਐਮਐਸਸੀ ਵਾਲੇ ਵੀ, ਅਸੀਂ ਬੀਐਸਸੀ ਵਾਲੇ ਵੀ ਆ। ਸੋ ਅੱਜ ਬਾਈ ਆਪਾਂ ਜਾਣਾ ਕਿੱਥੇ? ਅੱਜ ਦਾ ਪਲਾਨ ਕੀ ਆ ਉਹ ਦੱਸੋ ਪਹਿਲਾਂ। ਆਪਾਂ ਕੈਨੇਡਾ ਜਾ ਰਹੇ ਹਾਂ, ਬਹੁਤ ਸੋਹਣਾ ਸ਼ਹਿਰ ਆ ਸ਼ਿਮਲਾ, ਮਤਲਬ ਕੈਨੇਡਾ ਦਾ ਸ਼ਿਮਲਾ, ਉੱਥੇ ਜਾ ਰਹੇ ਹਾਂ। ਸ਼ਿਮਲਾ ਜ਼ਰੂਰ ਬਈ, ਕਹਿ ਸਕਦੇ ਆ, ਕਹਿ ਸਕਦੇ ਆ। ਸੋ ਵੀਡੀਓ ਚ ਬਣੇ ਰਹੋ, ਪੂਰੀ ਦੇਖਣੀ ਆ ਵੀਡੀਓ, ਪੂਰਾ ਫੰਕਸ਼ਨ ਕਰਾਂਗੇ ਤੇ ਕੰਟੀਨਿਊ ਕਰਦੇ ਆ ਵਲੌਗ ਆਪਣਾ। ਕੈਨੇਡਾ ਦੇ ਵਿੱਚ ਪੈਟਰੋਲ ਪੰਪ, ਤੇਲ ਆਪੇ ਪਾਉਣਾ ਪੈਂਦਾ ਬਾਈ, ਉਹ ਨਹੀਂ ਦਿਖ ਰਿਹਾ, ਉਹ ਨਹੀਂ ਦਿਖ ਰਿਹਾ, ਦੇਖ। ਚੱਲ 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 ਚੱਲ, ਇੱਥੇ ਤਿੰਨ ਚਾਰ ਤਰ੍ਹਾਂ ਦੇ ਤੇਲ ਨੇ, 87 ਨੰਬਰ, ਰੈਗੂਲਰ, ਐਕਸਟਰਾ, ਸੁਪਰੀਮ, ਸੁਪਰੀਮ ਪਲੱਸ। ਮਤਲਬ ਜਿਹੜੀਆਂ ਮਸਟੈਂਗ ਜਾਂ ਫਿਰ BMW ਆਡੀ ਲਈ ਆ, ਉਹ ਹੈਗੇ ਨੇ ਸੁਪਰੀਮ ਜਾਂ ਸੁਪਰੀਮ ਪਲੱਸ। ਅੱਛਾ, ਕਾਰਡ ਪਾਓ, ਪਿੰਨ ਭਰੋ ਜਿੰਨੇ ਦਾ ਵੀ ਪਵਾਉਣਾ, ਐਂਡ ਉਸ ਤੋਂ ਬਾਅਦ ਆਪੇ ਪਾ ਲਓ ਹੈ। ਅੱਛਾ, ਓਕੇ, ਚਲੋ ਠੀਕ ਹੈ ਬਾਈ, ਮੁੰਡਾ ਸਾਡਾ ਪੈਟਰੋਲ ਪੰਪ ਤੇ ਲੱਗ ਗਿਆ। ਹੋਰ ਲਵਜੀਤ? ਲਵਜੀਤ ਕੈਸ਼ੀਅਰ ਆ, ਕੈਸ਼ੀਅਰ ਵੀ ਨਾਲੇ ਗਣਾ। ਇਹ ਆ ਜੀ ਦੇਖੋ ਵਿਊ ਕੈਨੇਡਾ ਦਾ, ਸੜਕਾਂ ਕਿੰਨੀਆਂ ਕੈਮ, ਟੀਚਰ ਦੇਖੋ ਇੱਧਰ, ਪੇੜੇ ਪੇੜ। ਲਵਜੀਤ ਸਿੰਘ ਜੀ ਦੱਸ ਰਹੇ ਸੀਗੇ ਕਿ ਇੱਥੇ ਪੇੜ ਕੱਟਣ ਲਈ ਵੀ ਪਰਮਿਸ਼ਨ ਲੈਣੀ ਪੈਂਦੀ ਹੈ, ਪਰ ਆਪਣੇ ਇੰਡੀਆ ਦੇ ਵਿੱਚ ਜਿੱਥੇ ਪੇੜ ਦੇਖਦਾ ਕੱਟ ਦਿੰਦੇ ਆ, ਸਰਕਾਰਾਂ ਹੀ ਕੱਟ ਦਿੰਦੀਆਂ ਨੇ। ਸੋ ਤਾਂ ਹੀ ਇੱਥੇ ਦੇਖੋ ਵੈਦਰ, ਆਸਮਾਨ ਕਿੰਨਾ ਸਾਫ ਕਲੀਅਰ ਵਧੀਆ, ਤੇ ਇਨਵਾਇਰਮੈਂਟ ਪੂਰਾ ਪੋਲਿਊਸ਼ਨ ਫ੍ਰੀ ਹੈ। ਸੋ ਅਸੀਂ, ਸਾਨੂੰ ਲੱਗਣੇ ਆ ਇੱਥੋਂ 13 ਮਿੰਟ ਲੱਗਣੇ ਉੱਥੇ ਪਹੁੰਚਣ ਲਈ, 9.9 ਕਿਲੋਮੀਟਰ ਲੈਫਟ ਹੈ ਡਿਸਟੈਂਸ। ਦੇਖੋ ਜੀ ਵਿਊ ਚੈੱਕ ਕਰੋ, ਆਹ ਦੇਖੋ ਜੀ ਅੰਗਰੇਜ਼ਾਂ ਦੀਆਂ ਗੱਡੀਆਂ, ਗੋਰਿਆਂ ਦੀਆਂ, ਪੇੜੇ ਪੇੜ ਦੇਖੋ। ਹੁਣ ਸਪਰਿੰਗ ਦਾ ਟਾਈਮ ਚੱਲ ਰਿਹਾ ਹੈ ਨਾ, ਫਾਲ ਦਾ, ਸੋਰੀ ਫਾਲ ਦਾ ਟਾਈਮ ਚੱਲ ਰਿਹਾ, ਤੇ ਤਾਂ ਕਰਕੇ ਜਿਹੜੇ ਪੇੜਾਂ ਦਾ ਰੰਗ ਆ ਉਹ ਸੰਤਰੀ ਲਾਲ, ਮਤਲਬ ਮਿਕਸ ਕਲਰਸ ਜਿਹੇ ਹੋ ਗਏ, ਅੱਖਾਂ ਨੂੰ ਸਕੂਨ ਦਿੰਦੇ ਰੰਗ ਹੋ ਗਏ। ਬੈਲ ਮਾਊਂਟੇਨ ਦੇ ਵਿੱਚ ਤਾਂ ਰਿਜ਼ਰਵ ਸੀਗਾ ਅੱਜ ਸਾਰਾ ਕੁਝ, ਕਿਉਂਕਿ ਅੱਜ ਕੈਨੇਡਾ ਥੈਂਕਸਗਿਵਿੰਗ ਡੇ ਹੈ। ਸੋ ਯਾਰ ਹੁਣੀ ਫਿਰ ਆਏ ਨੇ, ਕਿੱਥੇ ਆਏ ਨੇ ਬਾਈ ਦੱਸੋ? ਜੰਗਲਾਂ ਚ। ਸੋ ਅਸੀਂ ਇੱਕ ਰਿਵਰ ਸਾਈਡ ਹੈ, ਕੰਜ਼ਰਵੇਸ਼ਨ ਲਈ ਆਏ, ਹਾਂ ਕੰਨ ਦੇ ਉੱਤੇ ਆਏ ਆ, ਟ੍ਰਾਇਲ ਦੇ ਵਿੱਚ ਜਾ ਰਹੇ ਆ ਹੁਣ ਅਸੀਂ ਅੱਗੇ। ਓਕੇ, ਅੱਗੇ ਦੇਖਦੇ ਅੱਗੇ ਇੱਕ ਰਿਵਰ ਹੈ ਜਿਹਦੇ ਵਿੱਚ ਛੋਟੀ ਜਿਹੀ ਰਿਵਰ ਹੈ, ਤੇ ਫਿਸ਼ਿੰਗ ਵਗੈਰਾ ਹੁੰਦੀ ਆ ਉੱਥੇ, ਜਿੱਥੇ ਫਿਸ਼ਿੰਗ ਵਗੈਰਾ ਹੁੰਦੀ ਆ। ਸੋ ਦੇਖਦੇ ਆ ਜਾ ਕੇ ਉੱਥੇ ਵੀ ਕਿਵੇਂ, ਅਸੀਂ ਫਸਟ ਟਾਈਮ ਆਏ ਨੇ, ਬਾਈ ਹੁਣ ਵੀ ਪਹਿਲੀ ਵਾਰ ਆਏ ਨੇ। ਸੋ ਏਰੀਆ ਦੇਖੋ ਤੁਸੀਂ, ਜੰਗਲ ਟਾਈਪ ਪੂਰਾ। ਸੋ ਇੰਜੋਏ ਕਰ ਰਹੇ ਹਾਂ ਅਸੀਂ ਪੂਰਾ, ਠੰਡ ਲੱਗ ਰਹੀ ਹੈ ਪੀਣ ਨੂੰ, ਠੰਡ ਲੱਗ ਰਹੀ ਹੈ ਸੱਚੀ, ਜੈਕਟ ਜੁਕਟ ਪਾਇਆ ਕਰੋ ਬਾਈ, ਅੱਜ ਮੌਸਮ ਵਧੀਆ ਸੀ ਵੈਸੇ, ਉਰੇ ਟ੍ਰਾਇਲ ਚ ਆ ਕੇ ਠੰਡ ਹੀ ਲੱਗ ਰਹੀ ਆ, ਉਦਾਂ ਮੌਸਮ ਬਹੁਤ ਵਧੀਆ। ਬਿਲਕੁਲ ਬਿਲਕੁਲ, ਸਾਈਕਲਾਂ ਵਾਲਿਆਂ ਤੋਂ ਕਹਿੰਦੇ ਬਚ ਕੇ ਰਹੋ, ਕੋਈ ਚੱਕਰ ਨਾ ਹੋਵੇ, ਸਾਈਕਲਿੰਗ ਜ਼ਿਆਦਾ ਹੋ ਰਹੀ ਹੈ ਇੱਥੇ, ਤੇ ਆਪਣੇ ਵਰਗੇ ਦੇਸੀ ਵੀ ਆ ਰਹੇ ਨੇ ਸਾਹਮਣੇ ਤੋਂ ਮੈਨੂੰ ਲੱਗਦਾ ਹੈ, ਜਾਂ ਗੋਰੇ ਹੈ, ਦੇਸੀ ਹੋ ਲੱਗਦੇ ਆ। ਓਕੇ, ਕੁੱਤਾ ਚੱਕੀ ਫਿਰਦੇ ਨੇ ਗੋਰੇ, ਚੱਕੀ ਗੋਰੇ ਹੋ ਸਕਦੇ ਆ, ਨਾਲੇ ਕਹਿੰਦੇ ਵੀ ਜਿਹੜੇ ਇੱਧਰਲੇ ਲੋਕ ਨੇ ਉਹ ਬਿੱਲੀਆਂ ਜ਼ਿਆਦਾ ਰੱਖਦੇ, ਕੁੱਤੇ ਵੀ ਬਹੁਤ ਰੱਖਦੇ ਆ, ਫਿਰ ਬਿੱਲੀਆਂ ਉਹ ਰੱਖਦੇ ਨੇ ਜਿਹਨਾਂ ਨੂੰ ਕੁੱਤਿਆਂ ਦਾ ਸ਼ੌਕ ਨਹੀਂ। ਓਕੇ, ਤੇ ਕੁੱਤਿਆਂ ਦੀ ਕੀ ਕਹਿੰਦੇ, ਕੁੱਤੇ ਉਹ ਰੱਖਦੇ ਨੇ ਜਿਹਨਾਂ ਨੂੰ ਕੁੱਤਿਆਂ ਦਾ ਸ਼ੌਕ, ਕੁੱਤੇ ਉਹ ਰੱਖਦੇ ਜਿਹਨਾਂ ਨੂੰ ਬਿੱਲੀਆਂ ਦਾ ਸ਼ੌਕ ਨਹੀਂ। ਸੇਮ ਹੀ ਹੈ, ਸੇਮ ਹੀ ਆ, ਪਰ ਕੁੱਤੇ ਕੁੱਤੇ ਔਖੇ ਨੇ, ਸਾਰੀਆਂ ਚੀਜ਼ ਜਾਨਵਰ ਰੱਖਣੇ ਕੈਨੇਡਾ 'ਚ ਔਖੀ ਗੱਲ ਆ, ਸਾਫ਼ ਸੂਫ ਕਰਨੇ ਬੜੇ ਔਖੇ ਲੱਗਦੇ ਨੇ, ਜਿਹਨਾਂ ਕੋਲ ਟਾਈਮ ਹੈਗਾ ਫ੍ਰੀ ਨੇ ਥੋੜ੍ਹੇ ਉਹ ਰੱਖ ਦਿੰਦੇ ਆ। ਵਿੱਚ ਜਾਣਾ ਤਾਂ ਦੇਖੋ, ਵਿੱਚ ਜਾਣਾ ਤਾਂ ਪ੍ਰੈਫਰ ਨਹੀਂ ਕਰਾਂਗੇ ਕਿਉਂਕਿ ਪੇੜ ਏ ਪੇੜ ਹੈ, ਤੁਰਨ ਦੀ ਵੀ ਥਾਂ ਨਹੀਂ ਹੈਗੀ। ਕੋਈ ਨੀ, ਤਾਂ ਹੀ ਕਹਿੰਦਾ ਐਡਵੈਂਚਰ, ਤਾਂ ਹੀ ਹੋਊ ਜਾਂ ਲੱਤ ਕਿਤੇ ਫਸੋਗੇ।
ਫਿਰ ਆਪਾਂ ਜਦੇ ਜਦੇ 911 ਕਰ ਕਰ ਕੇ ਫੋਨ ਓਕੇ ਚਲੋ ਉੱਥੇ ਪਹੁੰਚ ਕੇ ਅੱਗੇ ਵਲੌਗ ਕੰਟੀਨਿਊ ਕਰਦੇ ਹਾਂ ਤੋ ਰਸਤਾ ਮੁੱਕਣ ਤੇ ਨਹੀਂ ਆ ਰਿਹਾ ਰਿਵਰ ਬਾਈ ਕਦੋਂ ਆਊਗੀ ਪਹੁੰਚ ਗਈ ਪਤਾ ਲੱਗੂ ਹੁਣ ਦਾ ਕਦ ਆਊ ਲੱਗੇ ਹੋਏ ਆ ਵੀਰ ਆਸਾ ਨਹੀਂ ਛੱਡੀ ਰਿਹਾ ਮੰਜ਼ਿਲ ਪਹੁੰਚ ਗਈ ਪਤਾ ਲੱਗੂ ਤੋ ਕੰਟੀਨਿਊ ਆ ਸਾਡਾ ਜੀ ਦੇਖੋ ਪਹੁੰਚ ਕੇ ਤੁਹਾਨੂੰ ਅੱਗੇ ਦਿਖਾਵਾਂਗੇ ਵੀਡੀਓ ਹੋ ਸਕਦਾ ਲੰਬੀ ਹੋ ਜਾਏ ਥੋੜੀ ਪਰ ਪੂਰੀ ਦੇਖਿਓ ਬਾਕੀ ਜਿਹੜੇ ਸਾਡੇ ਨਾਲ ਦੇ ਨੇ ਭਵਨ ਨਵਦੀਪ ਲਖਵਿੰਦਰ ਇਹ ਤਾਂ ਦੇਖਣਗੇ ਬਾਈ ਦੇਖਦੇ ਹੋਣੇ ਨੇ ਨਾਲ ਦੀ ਨਾਲ ਹਾਂ ਹਾਂ ਹੋਰ ਵੀ ਬਾਕੀ ਸਾਡੇ ਜਿਹੜੇ ਨੇ ਯਾਰ ਮੇਲੀ ਮਿੱਤਰ ਲੰਬਾਈ ਰਾਹ ਲੱਗਦਾ ਦੇਖਣ ਨੂੰ ਦੂਰ ਤੱਕ ਉਹ ਦੇਖੋ ਜੀ ਦੂਰ ਤੱਕ ਹੈ ਜੀ ਲੋਕ ਆ ਰਹੇ ਨੇ ਐਂਡ ਪੁਆਇੰਟ ਦੇਖ ਨਹੀਂ ਰਿਹਾ ਚਲੋ ਦੇਖਦੇ ਹਾਂ ਕੀ ਬਣਦਾ ਚਲੋ ਫਿਰ ਸੋ ਬਹੁਤ ਹੀ ਐਡਵੈਂਚਰਸ ਲੱਗੇ ਆਪਾਂ ਏਰੀਆ ਯਾਰ ਸਾਡਾ ਕੰਨੇ ਵਾਲਾ ਸੂਆ ਜ਼ਿਆਦਾ ਡੂੰਘਾ ਇਹਦੇ ਨਾਲ ਚਲੋ ਯਾਰ ਚਲੋ ਉੱਪਰ ਚੱਲ ਲਿਆ ਉੱਪਰ ਅੱਗੇ ਜਾ ਕੇ ਦੇਖਦੇ ਹਾਂ ਅੱਗੇ ਕੀ ਹੈ ਅਸੀਂ ਪਹੁੰਚ ਗਏ ਹਾਂ ਜੀ ਆਹ ਲੋਕੇਸ਼ਨ ਹੈ ਪੂਰੀ ਅਤੇ ਨੀਚੇ ਦਿਖਾ ਦਿਉ ਬਸ ਨਦੀ ਹੈ ਟੋਬਾ ਜਾਏ ਪਾਣੀ ਦੂਰੋਂ ਆ ਰਿਹਾ ਇਹ ਮੈਨੂੰ ਲੱਗਦਾ ਬੈਲ ਫਾਊਂਟਨ ਵਾਲਾ ਹੀ ਆ ਇਹ ਜਿਹੜਾ ਪਿੱਛੋਂ ਆ ਰਿਹਾ ਬਸ ਇੱਕ ਆਹ ਲੋਕੇਸ਼ਨ ਹੈ ਧਿਆਨ ਦਿਓ ਅੱਗੇ ਟਰਾਇਲ ਹੈ ਬਸ ਅੱਗੇ ਤੱਕ ਸੋ ਘੁੰਮਦੇ ਘੁੰਮਦੇ ਅਸੀਂ ਪੁਲ ਦੇ ਉੱਤੇ ਆ ਪਹੁੰਚੇ ਹਾਂ ਤੁਰ ਤੁਰ ਕੇ ਰਿਵਰ ਵੀ ਦੇਖ ਆਉਂਦੀ ਰਿਵਰ ਛੋਟੀ ਜਿਹੀ ਸੀ ਤੁਹਾਨੂੰ ਦਿਖਾਈ ਹੋਇਆ ਹਾਈਵੇ ਦਿਖਾਓ ਇਹ ਹੈ ਜੀ ਦੇਖੋ ਕੈਨੇਡਾ ਦਾ ਹਾਈਵੇ ਆਪਣੀ ਗੱਡੀ ਉੱਧਰ ਲੱਗੀ ਹੋਈ ਹੈ ਕਿ ਇੱਧਰ ਆ ਗੱਡੀ ਆਪਣੀ ਪਿੱਛੇ ਆ ਨਾ ਗੱਡੀ ਗੱਡੀ ਓਕੇ ਇੱਧਰ ਵੀ ਮਤਲਬ ਇੱਦਾਂ ਹੀ ਹੈ ਹੈ ਨਾ ਥੋੜ੍ਹਾ ਫੋਰੈਸਟ ਏਰੀਆ ਜਿਹਾ ਸਾਰੇ ਲੋਕ ਮਤਲਬ ਉਰੇ ਸਾਈਕਲਿੰਗ ਕਰਦੇ ਆ ਜ਼ਿਆਦਾਤਰ ਵਾਕ ਲੰਬਾ ਏਰੀਆ ਲੌਂਗ ਡਿਸਟੈਂਸ ਹੈ ਕਾਫੀ ਸੋ ਅਸੀਂ ਪਹੁੰਚ ਚੁੱਕੇ ਹਾਂ ਹਾਰਟ ਲੈਂਡ ਐਂਡ ਹਾਰਟ ਲੇਕ ਕਿਉਂਕਿ ਜਿਹੜੀ ਲੇਕ ਹੈ ਉਹ ਹਾਰਟ ਦੀ ਸ਼ੇਪ ਦੇ ਵਿੱਚ ਹੈ ਆ ਦਿਲ ਦਾ ਇੱਧਰ ਅੱਧਾ ਪਾਸਾ ਅੱਧਾ ਉੱਧਰ ਆ ਤੇ ਹੁਣ ਥੱਲੇ ਜਾ ਰਹੇ ਹਾਂ ਅਸੀਂ ਪਿੱਛੇ ਲੋਕ ਆ ਰਹੇ ਨੇ ਓਕੇ ਗੱਬੇ ਜੇ ਹਟਣਾ ਸੀ ਯਾਰ ਲੱਭ ਲੈਂਦਾ ਨਹੀਂ ਲੱਭਿਆ ਉਹ ਹੀ ਲਾਸਟ ਲਵ ਜੀ ਤੁਹਾਨੂੰ ਤੇਰੀ ਵਾਰੀ ਯਾਰ ਲਵ ਜੀ ਦੱਸ ਕਰਕੇ ਲੈ ਕੇ ਆਏ ਛੱਡਦੇ ਹਾਂ ਕੇ ਲੈ ਜੀ ਚੋਬਰ ਜਿੱਤ ਗਿਆ ਓ ਏ ਯਾ Keep going that way. Keep going.
I think it's lost it. Keep going. You see the stick? No. Over there. I think he lost it. Over there. Keep going. How did he see it? Yeah. Keep going, Orif. Good boy. Yes, he sees it. Okay. Now he will. Just understand my word. Keep going. So he'll just go that way. Good boy, got it. Good. That was too far. Good boy. And I'm even tired of it. Yeah. मतलब कोई इधर लाई सी कैनेडियन कुत्ता ही सी या बाहर लाई सी ओके सो देखो गाइस तुसी देखा होना कि डॉग किन्ना वेल ट्रेन्ड सी ते मैं बहुत ज्यादा दूर स्टिक मारी एंड पानी दे विचो लभण गया पहला तो उन्हें खोता सी एंड दैन तो बाद जिहड़ी उहदी ट्रेनर है जां उहदी जो भी ऑनर है ਉਹਨੂੰ ਸਮਝਾ ਕੀਪ ਗੋਇੰਗ ਐਂਡ ਮਤਲਬ ਟਰਾਈ ਕਰ ਰਿਹਾ ਸੀ ਦੂਰ ਦੇਖਣ ਦੀ ਵੀ ਮੈਨੂੰ ਦਿਖੇ ਸਟਿੱਕ ਸੋ ਵਧੀਆ ਸੀ ਇੰਜੋਏਫੁਲ ਸੀ ਤੁਸੀਂ ਦੇਖਿਆ ਹੋਣਾ ਵੀਡੀਓ ਦੇ ਵਿੱਚ ਸੋ ਬਹੁਤ ਵਧੀਆ ਲੱਗਿਆ ਦੇਖ ਕੇ ਸੋ ਹੁਣ ਦੇਖੋ ਤੁਸੀਂ ਨੇਚਰ ਅਸੀਂ ਜਾ ਰਹੇ ਹਾਂ ਅੰਦਰ ਹਾਰਟ ਲੇਕ ਦੇ ਵਿੱਚ ਜਾ ਰਹੇ ਹਾਂ ਐਂਡ ਅੱਗੇ ਜਾ ਕੇ ਦੇਖਦੇ ਹਾਂ ਕੀ ਆਊਗਾ ਫਿਲਹਾਲ ਤਾਂ ਪ੍ਰਭਜੋਤ ਸਿੰਘ ਸਾਨੂੰ ਪੇੜ ਦਿਖਾ ਰਹੇ ਨੇ ਨੇਚਰ ओके टच वुड सो ये चीज बनाने का मोटिव यही है कि अगर तुसी डेली लाइफ दे विचो स्ट्रेसफुल फील कर दे दैन मेरे वांग मुस्कुरा सकते सही गल सो इत्थे आके तुसी इंजॉय कर सकते हो अपनी लाइफ ठीक है ते फ्रेश ऑक्सीजन इत्थे भरपूर है भरपूर सिंह है ठीक है सो इंजॉय करो ऑक्सीजन है देखो इंडिया दे विच एही चीज रहने नहीं दिंदे कट के रोड बना दिंदे हाईवे बना दिंदे भाई साडे को मैप हैगा पर सानू पता कुछ नहीं लगन दिया वी असीं कित्थे आ मतलब तुसीं देखो आसे पासे जंगल ही जंगल है एंड कोई भी जानवर भी आ सकदा है कुछ भी आ सकदा ते बहुत ही ज्यादा असीं हाई रिस्क ते आ तो पता नहीं मैप का की हिसाब है पता नहीं कितने असि मेरे हिसाब नाल तो धरती ते ही है तो धरती ते हैं पर किस कोने ते नहीं पता सो इट्स लाइक अ डिस्कवरी चैनल एंड वी आर मेकिंग अ सीरीज जगह दे जूम करके दिखा रहे थानू इन्वेस्टिगेशन कल करा चलो वापस तो मतलब हार्ट लेक दे विच लेक आ ते उदे आसे पासे जंगल है सारा ये काफी बड़ी आ इनू कवर करन लई 3-4 घंटे लग जांदे आ सो कीप मूविंग मूव करदे रहो साइकलिंग भी हुंदी आ विच एंड तुसी देखो कि मैप लगे हुए ने बहुत बड़ी लोकेशन है ये देखो तुसी मैप दे विच तुसी देखो कि इत्थे लेक्स ने काफी एंड लुधियाने इकट्ठे कर सकदे आ एंड फूड कोर्ट भी हैगे ने एंड इन्नी वड्डी है कि आपां पूरा लुधियाना भी कवर कर सकदे आ इस दे विच उस गल करके सानू कोई समझ नहीं लग रहा डिस्टेंस भी मेंशन है देखो 3 किलोमीटर 3-6 मतलब बहुत लंबी डिस्टेंस है अलग अलग दिते हुए सरफेस भी है सो गाइस ये सी आज दा ब्लॉग असी हार्ट लेक घूमे ते तुसी देखे होना कि लेक दे आले दुआले सारा फॉरेस्ट एरिया कंजरवेशन एरिया सो बहुत वधिया लग्या सानू इत्थे आके नेचर बहुत बेस्ट है जे तुहानू लाइफ दे विच स्ट्रेस फील हो रहा काम कर करके कैनेडा दे विच तां इत्थे आओ अपनी लाइफ जिहड़ी है ਉਹ ਹੋਰ ਵੀ ਜਿਆਦਾ ਵਧੀਆ ਬਣਾਓ ਸੋ ਬਾਈ ਹੁਣੇ ਥੱਕ ਗਏ ਨੇ ਹੁਣ ਕਹਿੰਦੇ ਰੋਟੀ ਖਾਣੀ ਆ ਕੁਝ ਖਾਵਾਂਗੇ ਜਾ ਕੇ ਤੇ ਉਸ ਤੋਂ ਬਾਅਦ ਘਰੇ ਜਾਵਾਂਗੇ ਸੋ ਮਿਲਦੇ ਆਂ ਆਪਾਂ ਅਗਲੇ ਬਲੌਗ ਦੇ ਵਿੱਚ ਜੇ ਵਧੀਆ ਲੱਗਿਆ ਤਾਂ ਲਾਈਕ ਕਰਕੇ ਜਾਇਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਨਵੇਂ ਵੀਅਰਸ ਹੋ ਚੈਨਲ ਪਰ ਤੋਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਟਿਲ ਦੈਨ ਬਾਏ ਬਾਏ ਬਾਏ